माता जी पता लगा कि सत्त बारी जरा कि आस्ट्रेलिया धरती जा रहे हो। हाँ जी, लोग एक बार चलते ता नहीं मुड़ के आते, तुम सत्त बारी करके अच भी साग चल रहे हो। वो सत्त बारी इदा जाके आ गई ना, और नौ राणी पढ़ती सी तो फिर पोते रखने वास्ते स्टूडेंट वीजा वो लैके टूरिस्ट वीजा लैके फिर जाना, तीन महीने का इतों मिलना, तीन का उतों आना जाके, ता करके फिर वापस आ जाती सी ना टाइम नाल, ता ही बार बार वीजा देंदे, इदा देंदे नहीं फिर। हाँ दिल तो लग गया, दो पोते आ, एक स्कूल छड आउंदी सी, एक गड्डी च पा के नाल लै जांदी सी। साग का काम फिर हुण मैं वेली रह नहीं सकती, वेली नहीं रह सकती, क्यों हुण शुरू तो आदत पई है, काम करते रहेंगे सेहत वधिया रहेगी, काम ना करांगे बह गए वेले तो फिर रह गए, काम करते हैं सेहत वधिया है, कोई कोई तंगी तकलीफ नहीं है, कोई जिदा भी आम बुढ़िया अजक लत्तां दुखदियां आ दुखदा कोई नहीं, ना कोई कोई भी तकलीफ नहीं है, कृपा है मां माई की। मां बच्चे तो कहते हैं पर मैं रह नहीं सकती। घर कौन कौन है जलंधर? इत्थे एक बेटा आ, दो पोतियां, एक पोता, एक नौ राणी, ते दो पोते ते नौ ते बेटा वो बाहर आस्ट्रेलिया। तो मतलब पहली वारी जहाज बैठे थे के कितना दा आनंद मनाया थे? बहुत वधिया लगा, बहुत वधिया लगा, एडी दूर तक जहाज पहला रिड़ता गया, रिड़ता गया, जकदम ही तान चढ़ गया, कहते बैल्ट ला लो, बैल्ट ला लो, मैं उदा ही माड़ी जी फट के ला ली, मैं पेंडू सी, मैं कि बया बैल्ट लाउणी सी, मैं फट के बैल्ट उदा ही फट के बह गई, बाद च मैं ला दित्ती। ਹੋਰ ਤਾਂ ਕੋਈ ਮਤਲਬ ਕਿੱਸਾ ਸੁਣਾਓਗੇ ਸਾਨੂੰ ਉੱਥੇ ਏਅਰਪੋਰਟ ਦਾ? ਸੁਣਾ ਦਿਓ ਆਸਟ੍ਰੇਲੀਆ ਦਾ ਕੋਈ ਵਧੀਆ ਕਿੱਸਾ ਸੁਣਾਓ। ਏਅਰਪੋਰਟ ਦਾ ਇੱਦਾਂ ਆ ਵੀ ਏਅਰਪੋਰਟ 'ਤੇ ਜਦੋਂ ਲਾਉਣ ਲੱਗੇ ਸਾਨੂੰ ਤਾਂ ਉੱਥੇ ਤਾਂ ਮੈਨੂੰ ਇੱਦਾਂ ਲੱਗੇ ਦਰਖਤ ਜਿਹਾ ਅਤੇ ਪਹਾੜੀ ਜਿਹੀ, ਮੈਂ ਕਿਹਾ ਲੈ ਵੀ ਇਹ ਤਾਂ ਕੋਈ ਜੰਗਲ 'ਚ ਲੈ ਗਿਆ ਅੱਜ, ਜਿੱਦਾਂ ਕਹਿੰਦੇ ਨਾ ਗਵਾਹ ਕਰਕੇ ਲੈ ਜਾਂਦੇ, ਮੈਂ ਕਿਹਾ ਲੈ ਅੱਜ ਲੈ ਆਏ ਇਹ, ਤਾਂ ਮੈਂ ਕਿਹਾ ਉਹ ਕਰਾਇਆ ਸਭ ਕੁਛ ਬਾਹਰ ਗਏ, ਫਿਰ ਉਹ ਆਇਆ ਬੇਟਾ ਅੱਗੇ ਲੈਣ, ਨੂੰਹ ਰਾਣੀ ਆਈ ਚਲੀ ਗਏ ਦੁਬਾਰਾ, ਜਦੋਂ ਫਿਰ ਗਈ ਮੈਨੂੰ ਕਹਿੰਦਾ ਮੇਰੇ ਲਈ ਬੈਟ ਲੈ ਆਈ, ਉਹ ਬੈਟ ਬਹੁਤ ਕ੍ਰਿਕਟ ਬਹੁਤ ਖੇਡਦਾ ਆ, ਕਹਿੰਦਾ ਬੈਟ ਲੈ ਆਈ, ਮੈਂ ਇੱਕ ਐਡਾ ਸਾਰਾ ਕੱਪੜੇ ਦਾ ਥੈਲਾ ਜਿਹਾ ਸੀਤਾ ਉਹਦੇ ਵਿੱਚ ਦੋ ਬੈਟ ਪਾ ਲੈ ਕੇ, ਉਹ ਜਦੋਂ ਉੱਥੇ ਰੱਖ ਦਿੱਤੇ ਉੱਪਰ, ਜਦੋਂ ਘੁੰਮ ਕੇ ਸਮਾਨ ਆ ਗਿਆ, ਬੈਕ ਵੀ ਆ ਗਿਆ, ਟੈਚੀ ਵੀ ਆ ਗਿਆ, ਬੈਟ ਕੋਈ ਨਾ ਆਏ, ਗੋਰਾ ਇੱਕ ਆ ਕੇ ਪੁੱਛਦਾ, ਜਾ ਕੇ ਉਹਨਾਂ ਨੂੰ ਕਹਿੰਦਾ ਬੈਟ ਰੱਖੋ, ਫਿਰ ਉਹਨੇ ਬੈਟ ਰੱਖੇ, ਫਿਰ ਬੈਟ ਆਏ, ਬਾਹਰ ਗਈ ਬੇਟਾ ਮੇਰਾ ਕਹਿੰਦਾ ਸਾਰਾ ਜਹਾਜ਼ ਬਾਹਰ ਚੱਲ ਗਿਆ, ਮੰਮੀ ਨਹੀਂ ਬਾਹਰ ਮੇਰੀ ਆਈ, ਮੈਂ ਕਿਹਾ ਤੇਰੇ ਜਿਹੜੇ ਬੈਟ ਆ ਨਾ ਇਹ ਲਾ ਲਿਆ ਸੀ ਉਹਨਾਂ ਨੇ ਅਤੇ ਮੈਂ ਲੈ ਕੇ ਹੀ ਆਉਣੇ ਸੀ, ਤਾਂ ਮੈਂ ਕਿਹਾ ਮੈਂ ਰੁਕੀ ਰਹੀ ਹਾਂ। ਅੱਛਾ ਮੈਂ ਇੱਦਾਂ ਸਮਝਾਇਆ ਉਹਨਾਂ ਚਾਰੇ ਨਾਲ, ਬਾਹਰ ਗੱਲ ਕਰੀਏ ਤੇ ਰੂਲ ਬੜੇ ਹੁੰਦੇ ਹੈਗੇ, ਬੜੇ ਬੜੇ, ਮੇਰੇ ਬੇਟੇ ਨੇ ਮੈਨੂੰ ਦੱਸ ਦਿੱਤਾ ਸੀ, ਕਹਿੰਦਾ ਜੇ ਕੋਈ ਆ ਕੇ ਗੱਲਾਂ ਕਰੇ ਨਾ ਗੋਰਾ ਗੋਰੀ, ਕਹਿੰਦਾ ਤੂੰ ਕਹਿੰਦੀ ਨੋ ਇੰਗਲਿਸ਼, ਪੰਜਾਬੀ ਬਹੁਤ ਮਿਲ ਜਾਂਦੇ, ਪੰਜਾਬੀਆਂ ਨਾਲ ਗੱਲਬਾਤ ਕਰ ਲੈਣੀ, ਗੋਰੇ ਆਉਂਦੇ ਆ ਮੋਰਨੀ 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 ਕਰਕੇ ਚੱਲ ਜਾਂਦੇ, ਇੱਕ ਨੂੰ ਗਾਲਾਂ ਕੱਢੀਆਂ, ਮੈਂ ਕਿਹਾ ਤੇਰੀ ਮਾਂ ਮੋਰਨੀ, ਤੇਰੀ ਭੈਣ ਮੋਰਨੀ, ਮੈਂ ਕਿਹਾ ਕੀ ਤੂੰ ਮੋਰਨੀ ਮੋਰਨੀ ਕਰ ਲਿਆ, ਉਹ ਤੁਹਾਨੂੰ ਉਹ ਖੁਸ਼ ਹੋਵੇ ਉਹਨੂੰ ਕੀ ਪਤਾ ਕੀ ਕਹਿੰਦੀ ਹੋਈ, ਪੰਜਾਹ ਸਾਲ ਹੋ ਗਏ, ਪੰਜਾਹ ਸਾਲ ਹੋ ਗਏ ਵਿਹਲਿਆਂ ਕੀ ਕਰਨਾ ਘਰ, ਘਰ ਵਿਹਲੇ ਐਵੇਂ ਹੀ, ਨਾ ਕੋਈ ਕੰਮ ਨਾ ਕਾਰ, ਪੈਰ ਉਹ ਮੰਜੇ ਦੇ ਬਿਮਾਰਾਂ ਵਾਂਗੂ, ਇੱਥੇ ਸਾਰੀ ਦਿਹਾੜੀ ਹੱਥ ਪੈਰ ਚੱਲਦੇ ਆ, ਮਸ਼ੀਨ ਗੇੜਦੇ ਹਾਂ, ਭੁੱਖ ਲੱਗ ਜਾਂਦੀ ਆ, ਅੱਜ ਕੱਲ੍ਹ ਦੀ ਉਮਰ 70 ਸਾਲ ਦੀ ਉਮਰ 'ਚ ਆ ਕੇ ਕਹਿੰਦੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਰੋਟੀ ਨਹੀਂ ਲੱਗ ਚੰਗੀ ਲੱਗਦੀ, ਪਚਦੀ ਨਹੀਂ ਆ, ਅਸੀਂ ਤਿੰਨ ਵਾਰੀ ਖਾਂਦੇ ਸਾਨੂੰ ਪਚ ਜਾਂਦੀ ਆ, ਕਿਉਂ ਕੰਮ ਜੀ ਕਰਦੇ ਹਾਂ, ਚੱਲਦਾ ਰਹਿੰਦਾ ਟੋਕਾ। ਹਾਂ ਸਾਰੇ ਲੈਣ ਆਏ, ਉਹ ਕਹਿੰਦੇ ਗ੍ਰਹਿਣ ਮਾਂ ਆ ਗਈ, ਗ੍ਰਹਿਣ ਮਾਂ ਆ ਗਈ, ਪੋਤਾ ਮੇਰਾ ਕਹਿੰਦਾ ਇੰਗਲਿਸ਼ ਬੋਲਦੇ ਹੋਣੇ, ਉਹ ਇੰਗਲਿਸ਼ ਹੀ ਬੋਲਦੇ ਆ, ਮੈਨੂੰ ਕਹਿੰਦਾ ਵੀ ਮੇਰੇ ਦੋਸਤ ਦੇ ਘਰ ਜਾਣਾ ਗ੍ਰਹਿਣ ਮਾਂ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਣੀ, ਮੈਂ ਕਿਹਾ ਹੋਰ ਕੀ ਬੁਲਾਉਣਾ ਉਹਨਾਂ ਨੂੰ, ਕਹਿੰਦਾ ਉਹਨਾਂ ਨੂੰ ਕਹਿਣਾ ਹਾਏ ਬਾਈ ਜੂ, ਹਾਂਜੀ 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 ਕਿਹਾ, ਫਿਰ ਕਹਿੰਦਾ ਸੀ ਏ ਕਹਿਣਾ ਇਹਨਾਂ ਨੂੰ, ਮੈਂ ਕਿਹਾ ਅੱਛਾ ਕੋਈ ਨਹੀਂ, ਜਿੱਦਾਂ ਜਿੱਦਾਂ ਤੁਸੀਂ ਦੱਸੀ ਜਾਓਗੇ ਮੈਂ ਕਹੀ ਜਾਵਾਂਗੀ। ਰੌਣਕਾਂ ਲਾ ਕੇ ਆਏ ਬੜੀਆਂ, ਇੱਕ ਗੋਰੀਆਂ ਪੰਜ ਸੱਤ ਬੈਠੀਆਂ ਹੋਈਆਂ ਇੱਦਾਂ ਗੋਲ ਘੇਰਾ ਜਿਹਾ ਕੱਢ ਕੇ, ਕੁਰਸੀਆਂ ਡਾ ਕੇ,
ਉਹਨਾਂ ਮੈਂ ਜਦੋਂ ਗਈ ਉਹਨਾਂ ਦੇ ਕੋਲ ਤਾਂ ਉਹਨਾਂ ਦਬਦਾ ਇੱਕ ਜਣੀ ਉੱਤਰ ਕੇ ਨਾ ਕਹਿੰਦੇ ਸਿੱਟ ਡਾਊਨ, ਮੈਨੂੰ ਇੰਨਾ ਤਾਂ ਪਤਾ ਸੀ ਮੈਂ ਦਬਦਾ ਬਹਿ ਗਈ ਸਿੱਟ ਲਾਉਣ 'ਤੇ। ਉਹਨੇ ਭੁਜੀਆ ਪਾਇਆ ਪਲੇਟ ਵਿੱਚ, ਕਹਿੰਦੀ ਜੈਸ ਕਿ ਨੋ, ਮੈਂ ਕਿਹਾ ਨੋ। ਮੇਰਾ ਬੇਟਾ ਕਹਿੰਦਾ ਮੰਮੀ ਨਾ ਪੰਗਾ ਲਿਆ ਕਰ ਗੋਰੀਆਂ ਨਾਲ। ਨਹੀਂ ਨਹੀਂ ਕੋਈ ਦਿੱਕਤ ਨਹੀਂ ਆਉਂਦੀ, ਕੋਈ ਦਿੱਕਤ ਨਹੀਂ ਆਉਂਦੀ। ਹੋਰ ਦਿਲ ਤਾਂ ਕਰਦਾ ਫਿਰ ਆਉਣ ਨੂੰ ਕਿ ਉਹ ਤਾਂ ਫਿਰ ਇੱਧਰ ਵੀ ਹੈ ਨਾ ਬੱਚੇ, ਦਿਲ ਕਰਦਾ ਆਉਣ ਨਾਲੇ। ਜਦੋਂ ਟਾਈਮ ਪੂਰਾ ਹੋ ਜਾਂਦਾ ਫਿਰ ਆਉਣ ਨੂੰ ਦਿਲ ਕਰ ਹੀ ਆਉਂਦਾ ਆ। 6 ਮਹੀਨੇ ਹੋ ਗਏ ਆ, ਲਾਸਟ ਵਾਰੀ ਮੈਂ ਸਾਲ ਰਹਿ ਕੇ ਆਈ ਹਾਂ, ਨਿਆਣੇ PR ਹੋ ਗਿਆ ਨਾ ਜਦੋਂ, ਇਹ ਸਾਡਾ ਸਾਲ ਸਾਲ ਦਾ ਵੀਜ਼ਾ ਲੱਗਾ ਸੀ ਦੋਨਾਂ ਜਣਿਆਂ ਦਾ, ਉਹ ਘਰ ਦੇ ਸਾਡੇ 6 ਮਹੀਨਿਆਂ ਤੋਂ ਬਾਅਦ ਇੱਧਰ ਐਂਟਰੀ ਕਰਨੀ ਸੀ ਨਾ, ਵਿਆਹ ਸੀ ਭਤੀਜੀ ਦਾ, 6 ਮਹੀਨਿਆਂ ਤੋਂ ਘਰ ਆਏ, ਇਹ ਫਿਰ ਗਿਆ ਹੀ ਨਹੀਂ, ਮੈਂ ਵਾਪਸ ਚੱਲ ਗਈ। ਮੈਂ ਪੈਰਾਂ ਭਾਰ ਬਹਿ ਜਾਂਦੀ ਕਿੰਨਾ ਚਿਰ, ਨਹੀਂ ਬਹਿ। ਇਹਦਾ ਰਾਜ ਇਹ ਹੀ ਆ ਜਿਹੜਾ ਤੁਰਦੇ ਫਿਰਦੇ ਆ, ਕੰਮ ਕਰਦੇ ਆ, ਖਾਧਾ ਪੀਤਾ ਆ ਅਤੇ ਉਹ ਪੱਜ ਜਾਂਦਾ ਆ, ਅਤੇ ਜਦੋਂ ਖਾਧਾ ਪੀਤਾ ਨਹੀਂ ਪੱਜਦਾ ਤਾਂ ਫਿਰ ਬਿਮਾਰੀਆਂ ਲੱਗ ਜਾਂਦੀਆਂ। ਅਤੇ ਅਸੀਂ ਫਿਰ ਤੁਰਦੇ ਫਿਰਦੇ ਹਾਂ, ਕੰਮ ਕਰਦੇ, ਸਵੇਰੇ ਉੱਠ ਕੇ 4 ਵਜੇ ਰੋਟੀ ਪਾਣੀ ਬਣਾ ਕੇ ਨਾਲ ਲੈ ਕੇ ਆ ਜਾਈਦਾ ਆ, ਸ਼ਾਮਾਂ ਨੂੰ ਘਰ ਜਾਈਦਾ। ਸ਼ਾਮਾਂ ਨੂੰ ਹੁਣ ਤਿੰਨੋਂ ਰਾਣੀ ਆਈ ਆ, ਪੱਕੀਆਂ ਪਕਾਈਆਂ ਮਿਲ ਜਾਂਦੀਆਂ, ਪਹਿਲਾਂ ਆਪ ਹੀ ਪਕਾਉਂਦੇ ਰਹੇ ਹਾਂ। 4 ਵਜੇ ਉੱਠ ਕੇ ਨਿਆਣਿਆਂ ਦੇ ਕੱਪੜੇ ਧੋਣੇ, ਪੜ੍ਹਦੇ ਹੀ ਬੱਚੇ ਦੋਨੇ, 2 ਬੇਟੇ ਆ, 4 ਵਜੇ ਉੱਠ ਕੇ ਪਹਿਲਾਂ ਡੀੜਾ ਕੱਪੜਾ ਧੋਣਾ, ਫਿਰ ਮੱਝਾਂ ਵੀ ਰੱਖੀਆਂ ਸੀ ਉਹਨਾਂ ਦੀਆਂ, ਧਾਰਾਂ ਕੱਢ, ਲੱਸੀ ਰਿੜਕ, ਫਿਰ ਉਹ ਆਪਣਾ ਭਾਂਡਾ ਮਾਂਜ, ਕੱਪੜਾ ਲੀੜਾ ਧੋ, ਪੱਠੇ ਪਾ, ਗੋਹਾ ਚੱਕ, ਕੰਮ ਬਹੁਤ ਕੀਤਾ ਹੈ, ਮਿਹਨਤ ਬੜੀ ਕੀਤੀ ਆ। 5 ਰੁਪਏ 'ਤੇ ਦਿਹਾੜੀ 'ਤੇ ਝੋਨੇ 'ਚੋਂ ਘਾਹ ਪੱਟਿਆ, ਝੋਨਾ ਲਾਇਆ, ਕਣਕਾਂ ਵੱਢੀਆਂ, ਬਹੁਤ ਮਿਹਨਤ ਕੀਤੀ ਆ। ਮਿਹਨਤ ਦਾ ਫਲ ਦਿੱਤਾ ਰੱਬ ਨੇ। ਨਿਆਣੇ ਹੁਣ ਛੇੜਦੇ ਆ ਭਤੀਜੀਆਂ, ਭਤੀਜੇ ਭੂਆ ਬਾਹਰੋਂ ਆ ਕੇ ਸਾਗ ਨਾ ਵੇਚ, ਹੁਣ ਮੈਂ ਕਿਹਾ ਪੁੱਤ ਸਾਗ ਵੇਚ ਕੇ ਫਿਰ ਆਸਟ੍ਰੇਲੀਆ ਦੇਖਿਆ, ਉੱਦਾਂ ਨਹੀਂ ਦੇਖਿਆ, ਉੱਥੇ ਮਿਲ ਜਾਂਦਾ, 8 ਦਿਨੀ ਮੰਡੀ ਲੱਗਦੀ ਆ ਉੱਥੇ, ਉਹ ਮੰਡੀ ਲੱਗਦੀ ਤਾਂ ਉੱਥੇ ਫਿਰ ਜਾਂਦੀ ਸੀ ਨਾਲ ਬੇਟੇ ਦੇ, ਤਾਂ ਉੱਥੋਂ ਫਿਰ ਲੈ ਆਉਣੀਆਂ, 2-3 ਗੁੱਛੀਆਂ ਲੈਣੀਆਂ, $2 ਦੀਆਂ ਮਿਲਦੀਆਂ ਐਡੀਆਂ ਐਡੀਆਂ, ਪਾਲਕ ਲੈ ਆਉਣੀ, ਬਾਥੂ ਤਾਂ ਉੱਥੇ ਹੈ ਨਹੀਂ ਗਾ, ਲਿਆ ਕੇ ਫਿਰ ਉਹਨਾਂ ਨੇ ਤਾਂ ਛੇਲ ਸਵਾਰ ਕੇ ਚੁੱਕ ਕੇ ਫਿਰ ਉਹਨਾਂ ਨੇ ਬਣਾ ਕੇ ਖਵਾਉਣਾ, ਡੱਬੇ ਵਾਲਾ ਨਹੀਂ ਮੈਂ ਕਿਹਾ ਖਾਣਾ, ਰਹਿਣ ਦਿਓ ਆਪ ਬਣਾਵਾਂਗੇ ਵਧੀਆ ਰੱਖ ਕੇ। ਮੈਂ ਤਾਂ ਗੋਰਿਆਂ ਨੂੰ ਮੱਕੀ ਦੀਆਂ ਲੈ ਕੇ ਗਏ ਸੀ, ਬੱਚਿਆਂ ਨੂੰ ਸ਼ੌਂਕ ਹੁੰਦਾ ਨਾ ਕਈ ਚੀਜ਼ਾਂ ਲੈ ਕੇ ਜਾਂਦੇ ਇੱਥੋਂ, ਬੱਚਿਆਂ ਲਈ ਲੈ ਗਈ ਸੀ ਆਪਣਾ, ਉਹਨਾਂ ਨੇ ਬਿਸਤਰੇ ਮੰਗਵਾਏ ਸੀ, ਕੰਬਲ ਮੰਗਵਾਏ ਸੀ ਪਹਿਲੀ ਵਾਰ ਜਦੋਂ ਗਈ ਹਾਂ, ਫਿਰ ਖਾਣ ਪੀਣ ਨੂੰ ਲੈ ਗਈ ਮੈਂ ਆਪਣੇ ਇੱਕ ਪੇਠੇ ਦਾ ਡੱਬਾ ਅਤੇ ਇੱਕ ਪਤੀਸਾ ਜਿਹੜਾ ਦੇਸੀ ਘੇ ਦਾ ਹੁੰਦਾ, 2 ਡੱਬੇ ਲੈ ਗਈ। ਗੋਰੇ ਕਹਿੰਦੇ ਵੀ ਏਅਰਪੋਰਟ 'ਤੇ ਕਹਿੰਦੇ ਇਹ ਕੀ, ਮੈਂ ਕਿਹਾ ਮੋਮ ਸਵੀਟ, ਕਹਿੰਦੇ ਲੈ ਗਏ। ਹਾਂ ਉਹ ਗੋਰਿਆਂ ਨੂੰ ਖਵਾਈ, ਇੱਕ ਕੁੜੀ ਚੰਡੀਗੜ੍ਹ ਦੀ ਸੀ, ਉਹਨੇ ਗੋਰੇ ਨਾਲ ਵਿਆਹ ਕਰਾਇਆ ਸੀ PR ਲਈ, ਉਹ ਸਾਡੇ ਘਰ ਆਉਂਦੀ ਜਾਂਦੀ ਸੀ, ਉਹ ਗੋਰੇ ਲੈ ਕੇ ਆ ਗਈ, ਤਾਂ ਸਾਗ ਬਣਾਇਆ ਸੀ, ਮੱਕੀ ਦੀਆਂ ਰੋਟੀਆਂ ਪਕਾਈਆਂ, ਮੈਂ ਉਹਨੂੰ ਗਰਮ ਗਰਮ ਰੋਟੀ ਚੋਪੜ ਕੇ ਘੇ ਪਾ ਕੇ ਸਾਗ ਦਿੱਤਾ, ਖਾ ਕੇ ਮੈਂ ਕਿਹਾ ਹੋਰ ਪੁੱਛਿਆ, ਕਹਿੰਦਾ ਹਾਂ, ਥਾਲੀ ਅੱਗੇ ਕਰਤੀ, ਮੈਂ ਹੋਰ ਰੱਖ ਦਿੱਤੀਆਂ 2। ਹਾਂ ਮੈਂ ਕਿਹਾ ਮੈਂ ਜਦੋਂ ਉੱਥੇ ਸਾਗ ਬਣਾਉਣਾ, ਮੇਰੇ ਬੇਟੇ ਨੂੰ ਜੌਬ 'ਤੇ ਲੈ ਜਾਣਾ ਨਾ, ਉਹ ਜਿਹੜੇ ਉਹਦੇ ਨਾਲ ਦੇ ਸੀ ਉਹਨਾਂ ਸਾਗ ਖਾ ਜਾਣਾ, ਕਹਿਣਾ ਤੂੰ ਸਾਡੀ ਰੋਟੀ ਖਾ ਲੈ, ਸਾਗ ਮਾਤਾ ਨੇ ਬਹੁਤ ਵਧੀਆ ਬਣਾਇਆ ਆ ਅਤੇ ਸਾਨੂੰ ਸਾਗ ਵਧੀਆ ਲੱਗਦਾ ਇਹਨਾਂ ਦਾ, ਮਾਤਾ ਨੂੰ ਕੋਈ ਹੋਰ ਬਣਾਵੇ, ਸਾਗ ਬਣਾ ਕੇ ਖਵਾਇਆ ਗੋਰਿਆਂ।